ਤੁਸੀਂ ਜਦੋਂ ਕਹਿੰਦੇ ਹੋ ਕਿ ਇਹਨਾਂ ਨੇ ਰਾਜਧਾਨੀ ਦੀ ਗੱਲ ਨਹੀਂ ਕੀਤੀ, ਪੰਜਾਬੀ ਇਲਾਕਿਆਂ ਦੀ ਗੱਲ ਨਹੀਂ ਕੀਤੀ, ਅਤੇ ਮੈਂ ਤੁਹਾਡੀ ਹੀ ਭਾਈਵਾਲ ਪਾਰਟੀ ਹੈ ਇੰਡੀਆ ਗੱਠਜੋੜ 'ਚ ਕਾਂਗਰਸ, ਮੈਂ ਉਹਨਾਂ ਦਾ ਮੈਨੀਫੈਸਟੋ ਵੀ ਜਦੋਂ ਪੜ੍ਹਦਾ ਹਾਂ ਉਹਦੇ ਵਿੱਚ ਨੌਰਥ ਈਸਟਰਨ ਸਟੇਟ ਦੀ ਗੱਲ ਹੋ ਰਹੀ ਹੈ, ਜੰਮੂ ਕਸ਼ਮੀਰ ਨੂੰ ਪੂਰਨ ਰਾਜ ਦੇਣ ਦੀ ਗੱਲ ਹੋ ਰਹੀ ਹੈ, ਪੁਡੂਚੇਰੀ ਨੂੰ ਪੂਰਨ ਰਾਜ ਦੇਣ ਦੀ ਗੱਲ ਹੋ ਰਹੀ ਹੈ, ਦਿੱਲੀ ਦੇ ਬਾਰੇ ਵੀ ਗੱਲ ਹੋ ਰਹੀ ਹੈ। ਤੁਹਾਡੇ ਮੈਨੀਫੈਸਟੋ ਦੇ ਅੰਦਰ ਜਾਂ ਕਾਂਗਰਸ ਦੇ ਮੈਨੀਫੈਸਟੋ, ਤੁਹਾਡੇ ਭਾਈਵਾਲ ਇੰਡੀਆ ਗੱਠਜੋੜ ਦੇ ਅੰਦਰ ਪੰਜਾਬ ਦੀ ਗੱਲ ਤਾਂ ਤੁਸੀਂ ਵੀ ਨਹੀਂ ਕਰ ਰਹੇ, ਰਾਜਧਾਨੀ ਦੀ ਵੀ ਨਹੀਂ ਗੱਲ ਹੋ ਰਹੀ, ਪੰਜਾਬੀ ਸੂਬੇ ਦੀ ਵੀ ਗੱਲ ਤਾਂ ਸਾਰਾ ਕੁਛ ਕਰਦੇ ਹਾਂ ਅਤੇ ਕਰਾਂਗੇ। ਮੇਰੀ ਗੱਲ, ਸਾਡੀ ਹੁਣ ਪਹਿਲੀ ਵਾਰੀ ਲੋਕ ਸਭਾ ਵਿੱਚ ਕਿੰਨੇ ਬੰਦੇ ਜਾਂਦੇ ਆ, ਗੱਲ ਤਾਂ ਲੋਕ ਸਭਾ ਵਿੱਚ ਹੀ ਹੱਲ ਹੋਣਾ। ਤੁਸੀਂ ਇੱਥੇ ਤਾਂ ਐਜੀਟੇਸ਼ਨ ਕਰ ਲਈ, ਛੱਡ ਲਈ, ਬਹੁਤ ਐਜੀਟੇਸ਼ਨਾਂ ਤਾਂ ਪੰਜਾਬੀ ਸੂਬੇ ਦੀਆਂ ਬਹੁਤ ਵੱਡੀਆਂ ਵੱਡੀਆਂ ਹੋ ਕੇ ਚਲੀ ਗਈਆਂ, ਕਿੰਨੇ ਲੋਕ ਸ਼ਹੀਦੀਆਂ ਦਾ ਆ ਗਏ, ਉਸ ਤੋਂ ਬਾਅਦ 82 ਦਾ ਮੋਰਚਾ ਆ ਗਿਆ, ਕਿੰਨੀਆਂ ਸ਼ਹੀਦੀਆਂ ਹੋ ਗਈਆਂ, ਕਿੰਨਾ ਨੁਕਸਾਨ ਹੋ ਗਿਆ। ਤੋ ਇਹ ਤਾਂ ਆਪਾਂ ਕਹਿ ਸਕਦੇ ਹਾਂ, ਇਹ ਜਿੱਥੇ ਲੋਕ ਜਿਹੜਾ ਸੰਵਿਧਾਨ ਬਣਿਆ ਉਹਦੇ ਉੱਤੇ ਜਿਹੜੇ ਬੰਦੇ ਪਹੁੰਚਦੇ ਆ ਉਹ ਅਪਰੋਚ ਕਰਨਗੇ, ਉਹ ਜੇ ਜਸਟਿਸ ਮੰਗਣਗੇ, ਮੈਨੂੰ ਲੱਗਦਾ ਕੋਈ ਨਾ ਕੋਈ ਘੱਟ ਵੱਧ ਕਰਕੇ ਜ਼ਰੂਰ, ਮੈਂ ਨਹੀਂ ਕਹਿੰਦਾ ਵੀ ਪੂਰੇ ਦਾ ਪੂਰਾ ਹੀ ਮਿਲ ਸਕਦਾ ਹੁੰਦਾ, ਜੋ ਅਸੀਂ ਬਹੁਤ ਛੋਟੀ ਸਟੇਟ ਹਾਂ, ਦੂਸਰੇ ਪਾਸੋਂ ਜ਼ਿਆਦਾ MP ਬਣ ਕੇ ਆਉਂਦੇ, ਪਰ ਸਾਡਾ 13 ਦੇ 13 MP ਆ ਜਿਹੜੇ ਕਿਸੇ ਵੀ ਪਾਰਟੀ ਨਾਲ, ਹੁਣ ਪੰਜਾਬ ਦੇ ਲੋਕ ਹੈ, ਅਸੀਂ ਪੰਜਾਬ ਦੀ ਲੜਾਈ ਇੱਕਜੁੱਟ ਹੋ ਕੇ ਲੜਨੀ ਚਾਹੀਦੀ ਹੈ। ਇੱਥੇ ਅਸੀਂ ਚਾਹੇ ਆਪਦੀ ਸਿਆਸਤ ਕਿਸ ਤਰ੍ਹਾਂ, ਮੈਂ ਇਸ ਧਾਰਨਾ ਦਾ, ਮੈਨੂੰ ਹੋਰਾਂ ਬਾਰੇ ਨਹੀਂ ਮੈਂ ਕਹਿ ਸਕਦਾ।